ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੈ ਕਿ ਬੜੇ ਭਰੇ ਮਨ ਦੇ ਨਾਲ ਮੈਨੂੰ ਇਹ ਮੁਖਾਤਿਬ ਮੀਡੀਆ ਦੇ ਹੋਣਾ ਪੈ ਰਿਹਾ ਹੈ ਕਿਉਂਕਿ ਇਹ ਡਿਊਟੀ ਪੱਤਰਕਾਰਾਂ ਦੀ ਸੀ। ਇਸ ਤਰ੍ਹਾਂ ਦੀ ਉਹਨਾਂ ਨੇ ਸ਼ਬਦਾਵਲੀ ਵਰਤੀ ਕਿ ਮੇਰਾ ਸੰਬੋਧਨ ਕਰਨ ਦਾ ਤਾਂ ਮੁਖਾਤਿਬ ਹੋਣ ਦਾ ਤਾਂ ਬਣ ਨਹੀਂ ਸੀ, ਪਰ 100% ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਹੋਵੇਗੀ। ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੋ ਕੁਛ ਘਿਨਾਉਣੀ ਹਰਕਤ ਕੀਤੀ ਗਈ, ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਹੋਏ ਸੀ। ਨਤਮਸਤਕ ਹੋਣ ਤੋਂ ਬਾਅਦ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਇੰਟੈਲੀਜੈਂਸ ਪੂਰਨ ਤੌਰ 'ਤੇ ਸੁਰੱਖਿਆ ਦੇ ਲਹਿਜ਼ੇ ਨੂੰ ਲੈ ਕੇ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ। 2 ਦਿਨ ਦੇ ਵਿੱਚ ਪੂਰੇ ਮਾਮਲੇ ਦੀ ਰਿਪੋਰਟ ਸਰਕਾਰ ਨੂੰ ਦਿੱਤੀ ਜਾਵੇਗੀ ਕਿ ਕਿੱਥੋਂ ਉਹ ਮੁਲਜ਼ਮ ਆਇਆ ਸੀ ਅਤੇ ਕਿੱਥੇ ਪਹੁੰਚਿਆ, ਕਿੰਨੇ ਘੰਟੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਰਿਹਾ। ਸੋ ਇਹ ਪੂਰੇ ਮਾਮਲੇ 'ਤੇ ਬੀਤੀ ਰਾਤ ਤੋਂ ਹੀ ਇੰਟੈਲੀਜੈਂਸ ਵਿੰਗ ਸਮੇਤ ਪੰਜਾਬ ਪੁਲਿਸ ਦੀਆਂ ਕਈ ਬਟਾਲੀਅਨਾਂ ਇਸ ਪਿੱਛੇ ਲੱਗੀਆਂ ਪਈਆਂ ਨੇ। ਤੁਹਾਨੂੰ ਦੱਸ ਦਈਏ ਕਿ ਇਸ ਘਟਨਾ 'ਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੈ। ਪਰਮਵੀਰ ਔਲਖ ਤੋਂ ਪੁੱਛਦੇ ਹਾਂ ਕਿ ਉਹਨਾਂ ਕੋਲ ਤਾਜ਼ਾ ਜਾਣਕਾਰੀ ਹੈ ਕੀ ਹੈ। ਪਰਮ, ਮੁੱਖ ਮੰਤਰੀ ਜਾਂਚ ਦੀ ਗੱਲ ਕਹਿ ਰਹੇ ਨੇ, ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਦਾ ਰਵਾਨਾ ਹੁੰਦਾ ਹੋਇਆ, ਹਾਲਾਂਕਿ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਪਰ ਗੱਲਬਾਤ ਨਹੀਂ ਹੋ ਸਕੀ। ਸੋ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਈਏ। ਗੋਲਡਨ ਟੈਂਪਲ ਦੇ ਬਾਅਦ ਦੀਆਂ ਨੇ ਬੇਨਤੀ ਹੋਈ ਸੀ ਕਿ ਬੀਤੀ ਸ਼ਾਮ ਤੇ ਅੱਜ ਮੁੱਖ ਮੰਤਰੀ ਪੰਜਾਬ ਪਹੁੰਚੇ ਨੇ। ਆ ਕਾਫਲਾ ਤੁਸੀਂ ਦੇਖ ਸਕਦੇ ਹੋ, ਮੁੱਖ ਮੰਤਰੀ ਦਾ ਜਿਹੜਾ ਕਾਫਲਾ ਉਹ ਜਾਂਦਾ ਹੋਇਆ ਉਹਨਾਂ ਕਿਹਾ ਕਿ ਸਿੱਖ ਸੰਗਤ ਦੇ ਜਿਹੜੇ ਹਿਰਦੇ ਨੇ ਉਹ ਵਲੂੰਦਰੇ ਨੇ। ਜਿਹੜੀ ਘਟਨਾ ਹਰਿਮੰਦਰ ਸਾਹਿਬ ਹੋਈ ਹੈ, ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਕੰਪਲੈਕਸ ਦੀਆਂ ਤਸਵੀਰਾਂ ਨੇ, ਕਿਉਂਕਿ ਜੇਕਰ ਸਿੱਖ ਧਰਮ ਦੀ ਗੱਲ ਕਰੀਏ ਤਾਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਬਹੁਤ ਚਿਰ ਤੋਂ ਕ੍ਰਿਸ਼ਨ ਹੁੰਦੀਆਂ ਆ ਰਹੀਆਂ ਸੀਗੀਆਂ, ਅਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਅੱਜ ਪਹੁੰਚੇ ਨੇ, ਲੋਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਨਤਮਸਤਕ ਹੋਏ ਨੇ। ਜੀ ਕ੍ਰਿਸ਼ਨ, ਮਨ ਹੋਣ ਕਰਕੇ ਅੱਜ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ। ਰੰਧਾਵਾ ਸਾਹਿਬ ਪਹਿਲਾਂ ਆ ਕੇ ਗਏ ਹੈ ਅਤੇ ਹੁਣ ਮੇਰੇ ਨਾਲ ਫੇਰ ਆਏ ਹੈ। ਸੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜਿਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਘੱਟ ਹੈ, ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ, ਉਸ ਲਈ ਮੈਂ ਪੂਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਹੈ, ਧਾਰਮਿਕ ਅਦਾਰੇ ਹੈ, ਧਾਰਮਿਕ ਥਾਵਾਂ ਹੈ, ਚਾਹੇ ਉਹ ਕਿਸੇ ਵੀ ਧਰਮ ਨਾਲ ਰਿਲੇਟਡ ਹੈ, ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ। ਹੋ ਸਕਦਾ ਹੈ ਕਿ ਚੁਣਾਵਾਂ ਕਰਕੇ ਕੋਈ ਗਲਤ ਏਜੰਸੀਆਂ, ਗਲਤ ਤਾਕਤਾਂ ਗਲਤ ਰੋਲ ਖੇਲਣ ਦੀ ਕੋਸ਼ਿਸ਼ ਕਰ ਰਹੀਆਂ ਹੋਣ, ਉਹਨਾਂ ਨੂੰ ਬੇਨਕਾਬ ਵੀ ਕੀਤਾ ਜਾਏਗਾ। ਸੋ ਗਲਤ ਤਾਕਤਾਂ ਇਲੈਕਸ਼ਨ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਜਿਹੜੇ ਸਰਕਮਸਟੈਂਸਿਸ ਉਹ ਕ੍ਰੀਏਟ ਕਰ ਰਹੀਆਂ ਨੇ, ਬਣਾ ਰਹੀਆਂ ਨੇ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਹ ਆਪਣੀ ਜ਼ੁਬਾਨੀ ਹੈ। ਪਰਮ ਲਗਾਤਾਰ ਸਾਡੇ ਨਾਲ ਜੁੜੇ ਹੋਏ ਹੈ। ਪਰਮ, ਹੋਰ ਕਿਹੜੇ ਕਿਹੜੇ ਵਿਸ਼ੇ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਤਕਰੀਰ ਰੱਖੀ ਹੈ? ਬਿਲਕੁਲ ਕ੍ਰਿਸ਼ਨ, ਮੈਂ ਤੁਹਾਨੂੰ ਦੱਸ ਦਿਆਂ ਕਿ ਮੁੱਖ ਮੰਤਰੀ ਚੰਨੀ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਅੱਜ ਪਹੁੰਚੇ ਸੀਗੇ ਕਿਉਂਕਿ ਬੀਤੀ ਰਾਤ ਜਿਹੜੀ ਘਟਨਾ ਵਾਪਰੀ ਸੀਗੀ ਕਿਤੇ ਨਾ ਕਿਤੇ ਸਿੱਖ ਸੰਗਤ ਦੇ ਵਿੱਚ ਜਿਹੜਾ ਰੋਸ ਕਾਫੀ ਸੀਗਾ, ਹਿਰਦੇ ਵਲੂੰਦਰੇ ਸੀਗੇ। ਇਸੇ ਨੂੰ ਲੈ ਕੇ ਅੱਜ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਕੰਪਲੈਕਸ ਦੇ ਬਾਹਰ, ਜਿੱਥੇ ਉਹਨਾਂ ਨੇ ਕਿਹਾ ਕਿ ਮੇਰੇ ਵੀ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਅਤੇ ਮੈਂ ਮੱਥਾ ਟੇਕਣ ਵਾਸਤੇ ਆਇਆ ਅਤੇ ਮੁਆਫੀ ਵੀ ਯਾਨੀ ਕਿ ਮੈਂ ਇੱਥੇ ਗੁਰੂ ਸਾਹਿਬ ਤੋਂ ਮੰਗਣ ਵਾਸਤੇ ਆਇਆ। ਸੋ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਤਾਕਤਾਂ ਇਹਨਾਂ ਘਟਨਾਵਾਂ ਦੇ ਪਿੱਛੇ ਹਨ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਫੜਿਆ ਜਾਵੇਗਾ। ਸਾਡੀ ਇੰਟੈਲੀਜੈਂਸ ਜਿਹੜੀ ਹੈ ਉਹ ਵੀ ਟੀਮਾਂ ਲੱਗ ਚੁੱਕੀਆਂ ਨੇ। ਇਹ ਹਾਲਾਂਕਿ ਵਿਅਕਤੀ ਦੀ ਜਿਹੜੀ ਹੈ ਕ੍ਰਿਸ਼ਨ, ਅਸੀਂ ਦੱਸ ਦਈਏ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਕਿ ਵਿਅਕਤੀ ਕੌਣ ਸੀਗਾ, ਨਾ ਹੀ ਉਸਦੇ ਕਿਸੇ ਪਰਿਵਾਰਕ ਮੈਂਬਰ ਨੇ ਹਾਲੇ ਕਲੇਮ ਕੀਤਾ ਹੈ ਉਸਦੀ ਡੈੱਡ ਬੋਡੀ ਵਾਸਤੇ। ਜੇਕਰ ਅਸੀਂ ਗੱਲ ਕਰੀਏ ਤਾਂ FIR ਜਿਹੜੀ ਆ ਉਹ ਦਰਜ ਕਰ ਦਿੱਤੀ ਗਈ ਹੈ। ਸਵੇਰੇ ਅਸੀਂ ਕਾਪੀ ਜਿਹੜੀ ਹੈ FIR ਦੀ ਦਰਸ਼ਕਾਂ ਨੂੰ ਦਿਖਾਈ ਹੈ, ਜਿਸ ਦੇ ਵਿੱਚ 295A ਅਤੇ 307 ਦੀ ਧਾਰਾ ਜਿਹੜੀ ਹੈ ਉਸ ਵਿਅਕਤੀ 'ਤੇ ਲਗਾਈ ਗਈ ਹੈ। ਪਰ ਸਵਾਲ ਬੜੇ ਨੇ ਜਿਨ੍ਹਾਂ ਦੇ ਜਵਾਬ ਕਿਤੇ ਨਾ ਕਿਤੇ ਉਹ ਵਿਅਕਤੀ ਤੋਂ ਲੈਣੇ ਸੀਗੇ, ਪਰ ਜਿਹੜਾ ਵਿਅਕਤੀ ਹੈ ਉਹ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਾ ਹੈ, ਯਾਨੀ ਕਿ ਉਸ ਨੂੰ ਜਿਹੜਾ ਮੌਤ ਦੇ ਘਾਟ ਜਿਹੜਾ ਸੰਗਤਾਂ ਵੱਲੋਂ ਜਿਹੜਾ
उतार दिता है। पर एक गल कृष्ण इतने साफ यह है कि अज तक इतिहास के नहीं होया कि सचखंड श्री हरिमंदर साहब धन धन श्री गुरु रामदास जी के दर के उत्ते कोई अजिही घटना हुई हो, क्योंकि असं देख रहे हैं पिछले 7 सालों तो जिहड़ियां बेदबियां हुंदियां आ रही ने, अज तक इंसाफ की जिहड़ी उड़ीक है हर कोई उड़ीक रहा है। अज मुख्यमंत्री पहुंचे ने किते एक उम्मीद जिहड़ी है जागी है, आके संगतां नूं जिहड़ा उन्होंने जवाब दिता है, गलबात की है, इन्वेस्टिगेशन का उन्होंने पाठ दस्सिया, उन्होंने संगतां नूं भी सहयोग जिहड़ा है करन दी अपील की है कि तुसीं भी जे कोई शरारती अंसर इस तरह का तुहानूं कोई दिखता है दरबार साहब के अंदर दिखता है जां गुरुद्वारा साहब के विच दिखता है तो उसकी जिहड़ी सूचना है वह जरूर तुसीं पुलिस प्रशासन नूं दिओ। जी कृष्ण पर कोई जानकारी पता लग सकी कि आखिरकार कितों वह नौजवान तुरे से, पुलिस रात की सीसीटीवी कैमरे खंगालन की कोशिश कर रही है। बिल्कुल कृष्ण मैं तुम्हें दस दया कि इन्वेस्टिगेशन का जो पार्ट होंदा है कोई भी प्रशासनिक अधिकारी जिहड़ा वो किसी मीडिया परसन के गाड़ी मीडिया के अगे आने तो इनकार करता है, क्योंकि उन्होंने जी इन्वेस्टिगेशन है उस विघन पैंदा, क्योंकि जेकर वो अपनी कोई प्राइवेसी लीक करेगा मीडिया के अगे तो जोड़े उसके साथी होणगे जां उन्हां नूं उसका लाभ मिलेगा तो वह बच सकते हैं। सो इस लैके जी इन्वेस्टिगेशन है वह चल रही है। ताज़ा स्थिति यह है कि जिन्हें भी कंपलैक्स के बाहर सीसीटीवी कैमरेज ने 29 के करीब जी सीसीटीवी फुटेज है वह सामने आ चुकी है, तो एक अद्धे दिन के ही टाइम दिता गया, एक अद्धे दिन के सुखजिंदर सिंह रंधावा जिहड़े सीगे गृह मंत्री वह भी अज पहुंचे सीगे, तो एक अद्धे दिन के जिहड़ा सब साफ हो जाएगा कि वह व्यक्ति कित्थों आया सीगा की मंशा सी, तो पोस्टमार्टम तो बाद भी पता लगेगा कि आखिर वह मानसिक तौर पर परेशान सीगा दिमाग खराब सीगा की सीगा, पोस्टमार्टम तो बाद ही पता चलेगा। जी कृष्ण